100-150 साल पुरानी मस्जिद। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਅਮਰਦੀਪ ਸਿੰਘ ਪੁਰੀਆ। ਸਾਂਝੀ ਬਾਲਤਾ ਦਾ ਪ੍ਰਤੀਕ ਇਹ ਮਸਜਿਦ ਅਤੇ ਨਾਲ ਹੀ ਬਣਿਆ ਹੋਇਆ ਗੁਰਦੁਆਰਾ ਸਾਹਿਬ। ਸੋ ਇਹ ਮਸਜਿਦ ਬਹੁਤ ਹੀ ਪੁਰਾਣੀ ਹੈ ਅਤੇ ਲਗਭਗ 100-150 ਸਾਲ ਪੁਰਾਣੀ ਇਹ ਹੋਵੇਗੀ। ਅਤੇ ਉਹ ਮੁਸਲਮਾਨ ਜੋ ਇੱਥੇ ਰਹਿੰਦੇ ਸਨ ਉਹ ਤਾਂ ਚਲੇ ਗਏ, ਪਰ ਇਹ ਆਪਣੀਆਂ ਯਾਦਾਂ ਵੱਖ ਵੱਖ ਪਿੰਡਾਂ ਦੇ ਵਿੱਚ ਛੱਡ ਗਏ। ਸੋ ਇਹਨਾਂ ਨੂੰ ਯਾਦਾਂ ਨੂੰ ਅਤੇ ਇਹਨਾਂ ਬਿਲਡਿੰਗਾਂ ਨੂੰ ਸਾਂਭਣ ਦਾ ਇੱਕ ਛੋਟਾ ਜਿਹਾ ਉਪਰਾਲਾ ਅਸੀਂ ਕਰ ਰਹੇ ਹਾਂ। ਸੋ ਇਹਨਾਂ ਬਿਲਡਿੰਗਾਂ ਨੂੰ ਜਦੋਂ ਅਸੀਂ ਵਿਖਾਈਦਾ ਹੈ ਅਤੇ ਜੇ ਕੋਈ ਜਾਣਕਾਰੀ ਜੋ ਇੱਥੇ ਪਹਿਲਾਂ ਮੁਸਲਮਾਨ ਰਹਿ ਕੇ ਗਏ ਹੋਣ ਜਾਂ ਕੁਝ ਪੁਰਾਣੇ ਬਜ਼ੁਰਗ ਜਿਨ੍ਹਾਂ ਨੂੰ ਇਹਨਾਂ ਬਾਰੇ ਕੁਝ ਹੋਰ ਜਾਣਕਾਰੀ ਹੋਵੇ, ਜੋ ਅਸੀਂ ਜੋ ਆਪਣੀ ਵੀਡੀਓ ਦੇ ਰਾਹੀਂ ਦਰਸਾਈ ਦੀ ਹੈ ਰਹਿ ਗਈ ਹੋਵੇ, ਤਾਂ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਤਾਂ ਜੋ ਸਾਰਿਆਂ ਤੀਕਰ ਇਹ ਜਾਣਕਾਰੀਆਂ ਪਹੁੰਚ ਸਕਣ ਅਤੇ ਪੰਜਾਬ ਦੇ ਅਨਮੁੱਲ ਖਜ਼ਾਨੇ ਨੂੰ ਸਾਂਭਿਆ ਜਾ ਸਕੇ। ਸੋ ਪਿੰਡ ਵਾਸੀਆਂ ਦੀ ਜਵਾਨੀ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ। ਅਤੇ ਇੱਥੇ ਨਾਲ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਅਤੇ ਨਾਲ ਹੀ ਉਹ ਪੁਰਾਣੀ ਮਸਜਿਦ ਜਿੱਥੇ ਕਦੇ ਪਹਿਲਾਂ ਸਕੂਲ ਵੀ ਚੱਲਦਾ ਹੁੰਦਾ ਸੀ। ਅਤੇ ਪਿੰਡ ਵਾਸੀਆਂ ਦੇ ਜਵਾਨੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਆਪਾਂ ਇਮਾਰਤ ਕਲਾ ਜੋ ਕਿ ਪੁਰਾਤਨ ਮੁਗਲ ਸਮੇਂ ਦੇ ਵਿੱਚ ਬਣੀ ਹੋਈ ਇਮਾਰਤ ਉੱਤੇ ਵਿਚਾਰ ਕਰਾਂਗੇ। ਸੋ ਇਹ ਵੇਖਣ ਵਾਲੀ ਚੀਜ਼ ਹੈ ਕਿ ਇੰਨੇ ਸਾਲ ਹੋਣ ਤੋਂ ਬਾਅਦ ਵਿੱਚ ਵੀ ਹਜੇ ਤੱਕ ਡਿੱਗੀ ਨਹੀਂ, ਅਤੇ ਉਹਨਾਂ ਟਾਈਮਾਂ ਦੇ ਵਿੱਚ ਵੀ ਦੇਖੋ ਲੈਂਟਰ ਪਏ ਹੋਏ ਹਨ, ਅਤੇ ਕਿਵੇਂ ਇਹ ਸਭ ਕੁਝ ਕੀਤਾ ਹੋਵੇਗਾ, ਉਸ ਸਮੇਂ ਦੀ ਇਮਾਰਤ ਸਾਜੀ ਕਿੰਨੀ ਐਡਵਾਂਸ ਹੋਵੇਗੀ ਜੋ ਇਹੋ ਕੁਝ ਤਿਆਰ ਕਰਦੇ ਸਨ। ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਅਮਰਦੀਪ ਸਿੰਘ ਪੁਰੀਆ, ਅਤੇ ਅੱਜ ਪਹੁੰਚੇ ਆਏ ਪਿੰਡ ਬੁੱਧੋ ਕੁੰਦਰ, ਅਤੇ ਅੱਜ ਤੁਹਾਨੂੰ ਇਸ ਪਿੰਡ ਦੇ ਵਿੱਚ ਇੱਕ ਜੋ ਮਸਜਿਦ ਆ ਜੋ ਕਿ ਮੁਸਲਮਾਨਾਂ ਦੇ ਟਾਈਮ ਦੀ ਬਣੀ ਆ 1947 ਤੋਂ ਪਹਿਲਾਂ ਦੀ, ਅਤੇ ਇਹ ਬਿਲਡਿੰਗ ਕਦੋਂ ਬਣੀ ਅਤੇ ਇਸ ਪਿੰਡ ਬਾਰੇ ਕਿਹੜੇ ਕਿਹੜੇ ਮੁਸਲਮਾਨ ਪਰਿਵਾਰ ਰਹਿੰਦੇ ਸੀ ਕੁਛ ਜਾਣਕਾਰੀ ਤੁਹਾਨੂੰ ਦੇਵਾਂਗੇ। ਅਤੇ ਮੇਰੇ ਨਾਲ ਇੱਥੇ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਅਤੇ ਨਾਲ ਪਿੰਡ ਦੇ ਵਾਸੀ ਬਲਜਿੰਦਰ ਸਿੰਘ ਨਾਲ ਜੁੜੇ ਆ, ਅਤੇ ਇਹਨਾਂ ਤੋਂ ਆਪਾਂ ਗੱਲਬਾਤ ਪੁੱਛਾਂਗੇ। ਜਿਵੇਂ ਕਿ ਆ ਪਿੱਛੇ ਤੁਸੀਂ ਦੇਖ ਰਹੇ ਮਸਜਿਦ, ਇਹ ਕਿਹੜੇ ਕਦੋਂ ਕਦੀ ਬਣੀ ਆ ਕੁਛ ਪਿੰਡ? ਸਾਨੂੰ 1900 ਤੋਂ ਵੀ ਪਹਿਲੇ ਦੀ ਹੋ ਸਕਦੀ ਹੈ। ਅੱਛਾ ਜੀ, ਕਾਫੀ ਪੁਰਾਣੀ ਪੁਰਾਣੀ ਆ। ਅਤੇ 47 'ਚ ਜਦੋਂ ਵਿਵਾਦ ਹੋਇਆ ਮੁਸਲਮਾਨ ਚਲ ਗਿਆ, ਠੀਕ ਹੈ ਜੀ, ਅਸੀਂ ਛੋਟੇ ਸੀ, ਅਸੀਂ ਛੋਟੇ ਜੀ, ਸਾਡਾ ਤਾਂ ਬੋਰ ਨਹੀਂ ਬਾਅਦ 'ਚ ਦਾ ਆ। ਅਸੀਂ ਮੈਂ ਆਪਣੀ ਹੋਸ਼ 'ਚ ਇੱਥੇ ਦੇਖਿਆ ਕਿ ਛੋਟੀਆਂ ਛੋਟੀਆਂ ਦੀਵਾਰਾਂ ਕੱਚੀਆਂ ਖੜੀਆਂ ਸੀਗੀਆਂ, ਕੱਚੀਆਂ ਖੜੀਆਂ ਜੀ। ਹਾਂਜੀ, ਇਹ ਗੱਲ ਹੋ ਗਈ 72-73 ਦੀ ਜਦੋਂ ਸੀਗੀਆਂ, ਠੀਕ ਹੈ। ਸੰਨ 70-72 'ਚ 71 'ਚ ਦੁਬਾਰਾ ਇਹੋ ਪਿੰਡ ਬਣਨਾ ਫਿਰ ਸ਼ੁਰੂ ਹੋਇਆ, ਠੀਕ ਹੈ। ਗੌਰਮੈਂਟ ਨੇ ਪਲੋਟਿੰਗ ਕਰਤੀ, ਪਲੋਟ ਖਰੀਦੇ ਗਏ ਸਾਡੇ ਬਾਬਿਆਂ ਨੇ, ਉਸ ਤੋਂ ਬਾਅਦ 'ਚ ਅਸੀਂ ਇੱਥੇ ਘਰ ਬਣਾਏ ਆ, ਠੀਕ ਹੈ। ਫਿਰ ਜਿੱਦਾਂ ਥੋੜ੍ਹੀ ਜਿਹੀ ਪਾਪੂਲੇਸ਼ਨ ਸਾਡੀ ਵਧੀ, ਕਾਫੀ ਪਰਿਵਾਰ ਹੋ ਗਿਆ 10-12, ਅਤੇ ਫਿਰ ਅਸੀਂ ਗੁਰੂ ਘਰ ਬਣਾਉਣਾ ਚਾਹਿਆ, ਠੀਕ ਹੈ। ਮਸਜਿਦ ਦੇ ਨਾਲ ਹੀ ਕਮਰਾ ਇੱਥੇ ਗੁਰੂ ਮਹਾਰਾਜ ਗ੍ਰੰਥ ਸਾਹਿਬ ਜੀ ਸਾਹਿਬ ਸਾਂਝੀ ਬਾਲਤਾ ਦਾ ਵੀ ਪ੍ਰਤੀਕ ਹੈ, ਬਿਲਕੁਲ ਬਿਲਕੁਲ ਮੰਨਣਾ ਪੂਰਾ। ਅਤੇ ਅਸੀਂ ਇਹਦੀ ਵੀ ਇਹਦੇ 'ਚ ਅਸੀਂ ਉੱਦਾਂ 72 ਦੇ ਵਿੱਚ 72 ਦੇ ਵਿੱਚ ਇਹਦੇ ਵਿੱਚ ਅਸੀਂ ਸਕੂਲ ਬਣਾਇਆ ਜੀ, ਅਸੀਂ ਸਕੂਲ ਇਸ ਮਸਜਿਦ ਦੇ, ਹਾਂ ਇਸ ਮਸਜਿਦ ਸਕੂਲ ਬਣਨ ਨੂੰ ਆਏ ਸਕੂਲ ਦੇ ਬਿਲਡਿੰਗ ਦੇ ਬਿਲਡਿੰਗ ਹੈ ਨਹੀਂ ਸੀ, ਇਹਨੂੰ ਬੂਹੇ ਤਾਕੀਆਂ ਲਾ ਕੇ ਕਾਫੀ ਸਾਲ ਇੱਥੇ ਸਕੂਲ ਚੱਲੇ, ਠੀਕ ਹੈ। ਅਤੇ ਸ਼ੁਰੂਆਤ ਪਿੰਡ ਬਣਨ ਤੋਂ ਪਹਿਲਾਂ ਮੈਂ ਬਹੁਤ ਛੋਟਾ ਸੀ, ਇੱਥੇ ਅਖੰਡ ਪਾਠ ਸਾਹਿਬ ਰਖਾਇਆ ਗਿਆ ਸੀ। ਅੱਛਾ ਜੀ, ਠੋਲੇ ਤੋਂ ਮਹਾਰਾਜ ਜਗਵੀਰ ਸਾਹਿਬ ਦੇ ਆਣ ਕੇ, ਠੀਕ ਹੈ, ਅਤੇ ਇੱਥੇ ਅਖੰਡ ਪਾਠ ਖਿਲਾਇਆ ਗਿਆ ਸੀ। ਉਹ ਕਿਉਂ ਖਿਲਾਇਆ ਸੀ ਕਿ ਸਾਡੇ ਨਾਲ ਆਰਮੀ ਦਾ ਬਣ ਰਹੀ ਸੀ ਛਾਉਣੀ, ਠੀਕ ਹੈ ਜੀ, ਅਤੇ ਉਹ ਸਾਰੇ ਪਿੰਡ ਨੂੰ ਕਵਰ ਕਰਨਾ ਚਾਹੁੰਦੇ ਸੀ, ਅਤੇ ਜ਼ੋਰ ਪੈ ਕੇ ਕੋਈ 100-150 ਕਿੱਲਾ ਹੀ ਪਿੰਡ ਦਾ ਜ਼ਮੀਨ ਦਾ ਛਾਉਣੀ 'ਚ ਗਿਆ, ਬਾਕੀ ਬਚਾਅ ਹੋ ਗਿਆ। ਉਹਦੇ ਸ਼ੁਕਰਾਨੇ ਵਜੋਂ ਜਿਹੜਾ ਪਾਠ ਰੱਖਿਆ ਸੀ, ਉਦੋਂ ਕੋਈ ਰਹਿੰਦਾ ਨਹੀਂ ਸੀ, ਖੇਤੀ ਕਰਦੇ ਸੀ। ਮਤਲਬ 47 ਤੋਂ ਪਹਿਲਾਂ ਇੱਥੇ ਮੁਸਲਿਮ ਪਰਿਵਾਰ ਜ਼ਿਆਦਾ ਰਹਿੰਦੇ ਸੀ? ਹਾਂਜੀ, ਸਾਰੇ ਟੋਟਲੀ ਕੋਈ ਆਪਣਾ ਪੰਜਾਬੀ ਪਰਿਵਾਰ ਨਹੀਂ ਸੀਗਾ, ਠੀਕ ਹੈ। ਕੁਛ ਲੁਹਾਰ ਸੁਣਿਆ, ਕੁਛ ਲੁਹਾਰ ਪਰਿਵਾਰ ਸੀਗੇ, ਠੀਕ ਹੈ ਜੀ, ਸਾਰੇ ਮਿਕਸ ਸੀਗੇ, ਮਿਕਸ ਸੀ। ਹਾਂ, ਖੇਤੀਬਾੜੀ ਦਾ ਕੰਮ ਵੀ ਕਰਦੇ, ਖੇਤੀ ਵੀ ਕਰਦੇ, ਭਾਂਡੇ ਵੀ ਬਣਾਉਂਦੇ ਸੀ, ਸਾਰੇ ਕੰਮ ਕਰਦੇ, ਠੀਕ ਠੀਕ ਠੀਕ। ਅਤੇ ਵਧੀਆ ਚੱਲਦਾ ਪਿਆ ਸੀਗਾ, ਉਹ ਤੋਂ ਬਾਅਦ ਜਦੋਂ ਚਲ ਗਿਆ ਅਤੇ ਸਾਡੇ ਇੱਥੇ ਹੋ ਗਿਆ। ਉੱਦਾਂ ਠੋਲੇ ਤੋਂ ਲੋਕ ਪੜ੍ਹ ਨਹੀਂ ਜਾਂਦੇ, ਸ਼ਹਿਰਾਂ ਮਾਝਾ ਉਹ ਦੱਸਦੇ ਕਿ ਇੱਥੋਂ ਦੀ ਇੱਕ ਡੰਡੀ ਹੁੰਦੀ ਸੀ, ਠੀਕ ਹੈ, ਅਤੇ
ਪਾਣੀ ਪੀਣ ਨੂੰ ਇੱਥੇ ਖੂਹ ਹੁੰਦਾ ਸੀ ਇੱਥੇ ਪੁਰਾਣਾ ਲੱਗਾ ਹੁੰਦੇ ਉੱਥੋਂ ਪਾਣੀ ਪੀਂਦੇ ਹੁੰਦੇ ਸੀ ਤੇ ਬਾਕੀ ਗੁਰਦੁਆਰਾ ਸਾਹਿਬ ਕਦੋਂ ਗੁਰੂ ਘਰ ਫਿਰ ਅਸੀਂ ਇੱਥੋਂ ਮੇਰਾ ਕਾਲ ਜੀ ਉਹ 80 ਕੁ ਦੇ ਗੇੜ ਵਿੱਚ ਹਾਂ 80 ਦੇ ਗੇੜ ਤੇ ਇੱਥੇ ਮਹਾਰਾਜ ਸਾਹਿਬ ਰੱਖੇ ਸੀ ਠੀਕ ਹੈ ਉਸ ਤੋਂ ਬਾਅਦ ਚ ਸਕੂਲ ਸਾਡੇ NRI ਭਰਾ ਮਦਦ ਕੀਤੀ ਕਾਫੀ ਠੀਕ ਹੈ ਸਾਡੇ ਫਾਦਰ ਸਰਪੰਚ ਸੀਗੇ ਤੇ ਗੁਰੂ ਘਰ ਦੀ ਬਿਲਡਿੰਗ ਬਣਾਈ ਅਸੀਂ ਠੀਕ ਹੈ ਸਾਡੇ ਪਰਿਵਾਰਾਂ ਦੇ ਹਿਸਾਬ ਨਾਲ ਸਾਡੇ ਕੋਲ ਬਹੁਤ ਬੜੀ ਆ ਬਿਲਡਿੰਗ ਠੀਕ ਹੈ ਜੀ ਬਹੁਤ ਮਿਹਰਬਾਨੀ ਅਤੇ ਸੋ ਅੱਜ ਤੁਹਾਨੂੰ ਆਹ ਬਿਲਡਿੰਗ ਵੀਡੀਓ ਦੇ ਵਿੱਚ ਦਿਖਾਵਾਂਗੇ ਅਤੇ ਇਸੇ ਤਰੀਕੇ ਨਾਲ ਜੁੜੇ ਰਹਿਣਾ ਧੰਨਵਾਦ ਸੋ ਇਹ ਨਾਲ ਹੀ ਬਣੇ ਹੋਏ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਸੋ ਆਸ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਤੋ ਇਸੇ ਤਰੀਕੇ ਦੀਆਂ ਹੋਰ ਵੀਡੀਓ ਵੇਖਣ ਲਈ ਤੁਸੀਂ ਸਾਡੇ ਚੈਨਲ 'ਤੇ ਵਿਜਿਟ ਕਰ ਸਕਦੇ ਹੋ ਅਤੇ ਸਮੇਂ ਸਮੇਂ ਦੇ ਤੁਹਾਡੇ ਨਾਲ ਵੱਖ ਵੱਖ ਵੀਡੀਓ ਅਤੇ ਵੱਖ ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਲੈ ਕੇ ਆਉਂਦੇ ਰਹਿੰਦੇ ਹਾਂ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਜੇ ਤੁਸੀਂ ਸਾਡਾ ਯੂਟਿਊਬ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਸਾਡੀਆਂ ਲੇਟੈਸਟ ਵੀਡੀਓ ਸ਼ਾਇਰੀ ਇੰਟਰਵਿਊ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਅਤੇ ਨਾਲ ਬੈੱਲ ਆਈਕੋਨ ਨੂੰ ਜ਼ਰੂਰ ਕਲਿੱਕ ਕਰੋ ਧੰਨਵਾਦ